ਫਾਜ਼ਿਲਕਾ ਦੇ ਕੋਲੇ ਰੋਡ ਤੇ ਬਣੇ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਤੀਜੇ ਨਰਾਤੇ ਵਾਲੇ ਦਿਨ ਕੀਤਾ ਗਿਆ ਭਜਨ ਕੀਰਤਨ। ਸ਼ਰਧਾਲੂ ਪਹੁੰਚੇ ਫਾਜ਼ਿਲਕਾ ਦੇ ਕੋਲੇ ਰੋਡ ਤੇ ਬਣੇ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਅੱਜ ਤੀਜੇ ਨਰਾਤੇ ਵਾਲੇ ਦਿਨ ਭਜਨ ਕੀਰਤਨ ਦਾ ਆਯੋਜਨ ਕੀਤਾ ਗਿਆ। ਔਰਤਾਂ ਵੱਲੋਂ ਮੰਦਿਰ ਪ੍ਰਾਂਗਣ ਦੇ ਵਿੱਚ ਪਹੁੰਚ ਕੇ ਭਜਨ ਕੀਰਤਨ ਦਾ ਆਯੋਜਨ ਕੀਤਾ ਗਿਆ ਅਤੇ ਨਵਰਾਤਰਿਆਂ ਦੇ ਉਪਲਕਸ਼ ਦੇ ਵਿੱਚ ਪੂਜਾ ਅਰਚਨਾ ਕੀਤੀ ਗਈ। ਫਾਜ਼ਿਲਕਾ ਦੇ ਸ਼ੀਤਲਾ ਮਾਤਾ ਮੰਦਿਰ ਦੇ ਵਿੱਚ ਹਰ ਸਾਲ ਨਵਰਾਤਰਿਆਂ ਦਾ ਮੌਸਮ ਮਨਾਇਆ ਜਾਂਦਾ ਹੈ। ਮੰਦਿਰ ਦੇ ਪੁਜਾਰੀ ਨੇ ਦੱਸਿਆ ਕਿ ਫਿਲਹਾਲ ਇੱਥੇ 50 ਤੋਂ 75 ਸ਼ਰਧਾਲੂ ਭਜਨ ਕੀਰਤਨ ਦੇ ਵਿੱਚ ਸ਼ਾਮਲ ਹੁੰਦੇ ਹਨ। ਉਹਨਾਂ ਨੇ ਕਿਹਾ ਕਿ ਜਿਵੇਂ ਜਿਵੇਂ ਅਸ਼ਟਮੀ ਨੇੜੇ ਆਉਂਦੀ ਜਾਂਦੀ ਹੈ ਉਸੇ ਤਰ੍ਹਾਂ ਹੀ ਇੱਥੇ ਸ਼ਰਧਾਲੂਆਂ ਦੀ ਸੰਖਿਆ ਵੀ ਲਗਾਤਾਰ ਵਧਦੀ ਜਾਂਦੀ ਹੈ। ਉਹਨਾਂ ਨੇ ਕਿਹਾ ਕਿ ਇੱਥੇ ਹਰ ਸਾਲ ਨਵਰਾਤਰਿਆਂ ਦਾ ਤਿਉਹਾਰ ਬੜੀ ਹੀ ਧੂਮਧਾਮ ਅਤੇ ਹਰਸ਼ੋਲਾਸ ਨਾਲ ਮਨਾਇਆ ਜਾਂਦਾ ਹੈ। ਪੰਡਿਤ ਸਸੀ ਤਿਵਾਰੀ ਸ਼ੀਤਲਾ ਮਾਤਾ ਮੰਦਿਰ ਮੇ ਨਵਰਾਤਰੋਂ ਕਾ ਬਹੁਤ ਹੀ ਅੱਛਾ ਪ੍ਰੋਗਰਾਮ ਚੱਲ ਰਿਹਾ ਹੈ। ਮਾਤਾ ਦੀ ਕਿਰਪਾ ਸੇ ਇਤਨੀ ਧੂਮਧਾਮ ਸੇ ਭਜਨ ਕਾ ਆਯੋਜਨ ਆਰੰਭ ਹੈ ਔਰ ਇਹ ਅਸ਼ਟਮੀ ਤੱਕ ਕਾ ਪ੍ਰੋਗਰਾਮ ਚਲਤਾ ਰਹੇਗਾ। ਜਿਤਨੀ ਵੀ ਸੰਗਤ ਆਤੀ ਹੈ ਪੂਰੀ ਸੰਗਤ ਪ੍ਰਸੰਨ ਹੋ ਕਰ ਜਾਤੀ ਹੈ ਔਰ ਮਾਤਾ ਕਾ ਆਸ਼ੀਰਵਾਦ ਪ੍ਰਾਪਤ ਕਰਕੇ ਜਾਤੀ ਹੈ ਔਰ ਵੀ ਅਧਿਕ ਸੇ ਅਧਿਕ ਸੰਗਤ ਯਹਾਂ ਪਹੁੰਚੇ ਔਰ ਮਾਤਾ ਕਾ ਆਸ਼ੀਰਵਾਦ ਪ੍ਰਦਾਨ ਪ੍ਰਾਪਤ ਕਰੇ। ਕਿਤਨੇ ਸ਼ਰਧਾਲੂ ਪਹੁੰਚਦੇ ਹੈ? ਲਗਭਗ 50 ਸੇ 75 ਕੇ ਬੀਚ ਮੇਂ ਇਸ ਸਮੇਂ ਹੈ ਲੇਕਿਨ ਜੈਸੇ ਜੈਸੇ ਸਮੇਂ ਬੜਤਾ ਜਾਏਗਾ ਸ਼ਰਧਾਲੂ ਬੜਤੇ ਚਲੇ ਜਾਏਗੇ ਅਸ਼ਟਮੀ ਤੱਕ। ये यहाँ पे कीर्तन उद्देश्य के बारे में बताएं। मैं रितु गुप्ता आपको शीतला माता मंदिर में नवरात्रि की शुभ अवसर पर कीर्तन होता है हर साल 5:30 से शुरू होता है। यहाँ पर खूब रौनक लगती है। माता शीतला के मंदिर में बहुत रंग बरसता है। माता देवी सब भक्तों पर कृपा करती है और 7:15 आरती का टाइम होता है। आरती के समय सभी भक्तजन माता की आरती लेते हैं और प्रसाद ग्रहण करके सभी अपने घरों में प्रस्थान करते हैं। आप कितनी देर से इस मंदिर में आ रहे हैं? हम 10 साल से इस मंदिर में आ रहे हैं। हम पर माता रानी की बहुत कृपा है। सभी भक्तों पर माता रानी की